ਸਸ਼ੀਕਲ ਜੀ ਪੰਜਾਬ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੁਲਿਸ ਮਹਿਕਮੇ ਦੇ ਨਾਲ ਜੁੜੀ ਹੋਈ ਹੈ ਤੇ ਇਹਦੇ ਵਿੱਚ ਇੱਕ ਚਿੰਤਾ ਵੀ ਹੈ ਜਿਵੇਂ ਕਿ ਇਸ ਮੀਡੀਆ ਰਿਪੋਰਟ ਦੇ ਵਿੱਚ ਦਰਸਾਈ ਗਈ ਹੈ ਵੀ ਪੀਪੀ ਸਾਂਝੇ ਨੇ ਕਰਿਆ ਇਹ ਵੀਪੀ ਨਿਊਜ਼ ਨੇ ਇਹ ਜਾਣਕਾਰੀ ਸਾਂਝੀ ਕਰੀ ਹੈ ਤੇ ਕਹਿ ਸਕਦੇ ਹਾਂਗੇ ਕਿ ਜਿਹੜੇ ਫੈਕਟਸ ਤੇ ਗੱਲਾਂ ਇਹਨਾਂ ਨੇ ਕਹੀਆਂ ਨੇ ਉਹ ਕਿਤਨਾ ਕਿਤੇ ਜ਼ਿਕਰ ਫੈਕਟ ਸਹੀ ਨੇ ਅੰਕੜੇ ਸਹੀ ਨੇ ਤਾਂ ਆਖਰਕਾਰ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਆ ਉਹ ਇਸ ਕਰਕੇ ਕਿਉਂਕਿ ਇਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਰਿਟਾਇਰਮੈਂਟ ਪੁਲਿਸ ਅਧਿਕਾਰੀ ਲੈ ਰਹੇ ਨੇ ਕਿਤੇ ਆ ਸਮੱਸਿਆ ਕੋਈ ਖੜੀ ਨਾ ਹੋ ਜਾਏ ਲਾਅ ਐਂਡ ਆਰਡਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਵੱਡੀ ਵਜ੍ਹਾ ਇਹ ਡਿਟੇਲ ਦੇ ਵਿੱਚ ਇਹਨਾਂ ਨੇ ਜਦੋਂ ਲਿਖਿਆ ਹੈ ਇਹਦੇ ਵਿੱਚ ਕਹਿੰਦੇ ਨੇ ਵੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਬਿਹਤਰ ਕਰਨ ਦੇ ਵਿੱਚ ਜੁਟੀ ਹੋਈ ਹੈ ਦੂਜੇ ਪਾਸੇ ਸਰਕਾਰ ਦੇ ਲਈ ਕਬੱਡੀ ਚਿੰਤਾ ਖੜੀ ਹੁੰਦੀ ਜਾ ਰਹੀ ਹੈ ਸੂਬੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਲਗਾਤਾਰ ਕਮੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਰਿਟਾਇਰਮੈਂਟ ਹੋ ਰਹੇ ਪੁਲਿਸ ਅਧਿਕਾਰੀ ਸਰਕਾਰ ਦੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਇਸ ਤੋਂ ਇਲਾਵਾ ਬਹੁਤ ਅਜੀਬ ਅਧਿਕਾਰੀ ਜੋ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਨੇ ਹੁਣ ਇਹਦੇ ਵਿੱਚ ਗੱਲ ਇਹ ਵੀ ਜਦੋਂ ਇਹ ਲੋਕ ਕਹਿੰਦੇ ਨੇ ਵੀ ਅਸੀਂ ਵਿਦੇਸ਼ਾਂ ਚ ਚਲ ਜਾਈਏ ਯਾਨੀ ਕਿ ਇੱਕ ਚੰਗੇ ਪੜੇ ਲਿਖੇ ਲੋ ਅਫਸਰ ਇਹ ਚੀਜ਼ ਉਰੇ ਰਹਿਣ ਨੂੰ ਤਿਆਰ ਨਹੀਂ ਤਾਂ ਇਹਦੇ ਸਵਾਲ ਤੇ ਇਹ ਵੀ ਖੜਾ ਹੁੰਦਾ ਖੈਰ ਲੌਂਡਰ ਆਊਟਰ ਕਿਵੇਂ ਆਖਰਕਾਰ ਨਿਯੰਤਰਣ ਹੋਊਗਾ ਪੰਜਾਬ ਦੇ ਵਿੱਚ ਇਸ ਸਮੇਂ ਡੀਐਸਪੀ ਜਾਂ ਫਿਰ ਅਜਿਹੀ ਬਰਾਬਰ ਰੈਂਕ ਦੇ ਕਰੀਬ 400 ਅਧਿਕਾਰੀ ਨੇ ਜਿਹੜੇ ਸਾਲ 2023 ਦੇ ਵਿੱਚ ਇਹਨਾਂ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਡੀਐਸਪੀ ਰਿਟਾਇਰ ਹੋ ਰਹੇ ਨੇ। ਮੀਡੀਆ ਰਿਪੋਰਟਸ ਦੇ ਅਨੁਸਾਰ ਕਹਿੰਦੇ ਜਨਵਰੀ ਦੀ ਜਨਵਰੀ ਤੋਂ ਅਪ੍ਰੈਲ 2023 ਤੱਕ ਕਰੀਬ 2 ਦਰਜਨ ਡੀਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਰਿਟਾਇਰ ਹੋ ਗਏ ਨੇਗੇ। ਇਹ ਪੂਰੇ ਸਾਲ ਦੇ ਵਿੱਚ ਕਰੀਬ 4 ਦਰਜਨ ਪੁਲਿਸ ਅਧਿਕਾਰੀ ਰਿਟਾਇਰ ਹੋ ਜਾਣਗੇ। ਜਿਹਦੇ ਨਾਲ ਇੱਕ ਵੱਡਾ ਸਵਾਲ ਖੜਾ ਇਹ ਹੁੰਦਾ ਕਿ ਅਧਿਕਾਰੀਆਂ ਦੀ ਕਮੀ ਹੋਣ ਦੇ ਬਾਅਦ ਲਾਅ ਐਂਡ ਆਰਡਰ ਨੂੰ ਕਿਵੇਂ ਨਿਯੰਤਰਿਤ ਕੀਤਾ ਜਾਊਗਾ। 31 ਮਈ ਨੂੰ 6 ਡੀਐਸਪੀ ਹੋਰ ਹੋ ਰਹੇ ਨੇਗੇ ਉਥੇ ਹੀ ਦਸੰਬਰ 2023 ਦੇ ਵਿੱਚ ਇੱਕ ਲਖਤ 11 ਡੀਐਸਪੀ ਰਟਾਇਰ ਹੋਣ ਵਾਲੇ ਨੇਗੇ ਮੀਡੀਆ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਛਾੜਾੜਾ ਵਿਭਾਗਾਂ ਤੋਂ علاوہ ਪੁਲਸ ਵਿਭਾਗ ਦੇ ਵਿੱਚ ਅਜਿਹੇ ਅ ਅਧਿਕਾਰੀ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਹੀ ਵੀਆਰਐਸ ਲੈ ਰਹੇ ਨੇ ਰਿਪੋਰਟਸ ਤੋਂ ਮੰਨੀ ਹੈ ਤਾਂ ਪਿਛਲੇ 1 ਸਾਲ ਤੋਂ ਕਰੀਬ 40 ਪੁਲਸ ਅਧਿਕਾਰੀ ਨੇ ਵੀਆਰਐਸ ਲਈ ਹੈ ਜਿਦੇ ਵਿੱਚ ਕਈ ਅਫਸਰ ਰੈਂਕ ਦੇ ਅਧਿਕਾਰੀ ਸ਼ਾਮਲ ਨੇ ਦੂਸਰਾ ਕਈ ਅਧਿਕਾਰੀ ਅਜੀਹੇ ਨੇ ਜੋ ਨਿੱਜੀ ਅਤੇ ਹੈਲਥ ਇਸ਼ੂਸ ਦੱਸ ਕੇ ਰਿਟਾਇਰਮੈਂਟ ਲੈ ਰਹੇ ਨੇ ਜਿਦੀ ਵਜ੍ਹਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਕਮੀ ਹੁੰਦੀ ਜਾ ਰਹੀ ਹੈ ਪੰਜਾਬ ਪੁਲਿਸ ਹੈੱਡ ਕੁਆਟਰ ਦੇ ਵਿੱਚ ਅੰਕੜਾ ਪਹੁੰਚਿਆ ਹੈ ਉਹ ਚੁਕਾਉਣ ਦੇ ਨਾਲਾ ਸੰਗਰੂਰ ਅੰਮ੍ਰਿਤਸਰ ਲੁਧਿਆਣਾ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਸਾਲਾਂ ਚ ਕਰੀਬ 100 ਪੁਲਿਸ ਕਰਮੀਆਂ ਤੇ ਅਧਿਕਾਰੀਆਂ ਨੇ VRS ਲਈ ਹੈ ਜਿਦੇ ਵਿੱਚ ਡੀਐਸਪੀ ਤੋਂ ਲੈ ਕੇ ਇੰਸਪੈਕਟਰ ਕਨਸਟੇਬਲ ਤੱਕ ਸ਼ਾਮਲ ਨੇ ਯਾਨੀ ਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਤਾਂ ਉਹੀ ਗੱਲ ਜਿਹੜੀ ਮੈਂ ਕਹਿਣਾ ਹੁੰਦਾ VRS ਲੈ ਲੈਣ ਦੇ ਕੁਝ ਕੁ ਫਾਇਦਾ ਤਾਂ ਨਹੀਂ ਮਿਲਦਾ ਇਹਨਾਂ ਨੂੰ ਪਰ ਬਹੁਤੇ ਤੌਰ ਤੇ ਦੇਖਿਆ ਜਾਵੇ ਸਰਕਾਰੀ ਇਹ ਵੀ ਜੇ ਪੋਰਸੀਆ ਸਿਸਟਮ ਤੋਂ हट ਕੇ ਸੋਚੀਏ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮਾਂ ਨੂੰ VRS ਲੈਣਾ ਯਾਨੀ ਕਿ ਉਹਨਾਂ ਨੂੰ ਕੋਈ ਨਾ ਕੋਈ ਹੋਰ ਜੇ ਦੇਖਿਆ ਜਾਵੇ ਆਮਦਨੀ ਦਾ ਤਾਂ ਸਾਧਨ ਰਹੂਗੀ ਪੈਨਸ਼ਨ ਭਾਵੇਂ ਘਟ ਵੱਧ ਲੱਗੇ ਪਰ ਗੱਲ ਇਹ ਵੀ ਆਖਰਕਾਰ ਵੀਆਰਐਸ ਜੋ ਤੁਸੀਂ ਆਪਦੀ ਮਰਜ਼ੀ ਦੇ ਨਾਲ ਉਹਨਾਂ ਚਿਰ ਤੁਹਾਨੂੰ ਮਜ਼ਾ ਆਇਆ ਤੁਸੀਂ ਜੌਬ ਕੀਤੀ ਉਹਦੇ ਬਾਅਦ ਚ ਵੀਆਰਐਸ ਲੈ ਕੇ ਨਿਕਲ ਚਲੇ ਹੁਣ ਤਾਂ ਇਹ ਚਾਹੀਦਾ ਜਿਹੜਾ ਵੀਆਰਐਸ ਲਵੇ ਸਾਰੀਆਂ ਚੀਜ਼ਾਂ ਖਤਮ ਹੋ ਉਹਨੂੰ ਨਾਲ ਦੀ ਨਾਲ ਇੱਕ ਸਾਈਨ ਕਰਾਉਣ ਚਿੱਠੀ ਤੇ ਉਹਨੂੰ ਕਹਿਣ ਚਲੋ ਵੀ ਘਰ ਨੂੰ ਕੋਈ ਬੈਨੀਫਿਟਸ ਨਹੀਂ ਮਿਲਣਗੇ ਤੁਹਾਨੂੰ ਪਰ ਗੱਲ ਇਹ ਦੂਜੇ ਪਾਸੇ ਜੇ ਇਹਨੂੰ ਸਮੱਸਿਆ ਦੇ ਤੌਰ ਤੇ ਦੇਖੀਏ ਤਾਂ ਪੁਲਿਸ ਦੇ ਵਿੱਚ ਜਿਵੇਂ ਆਖਰਕਾਰ ਕਹਿੰਦੇ ਵਿਦੇਸ਼ ਸੈਟਲ ਹੋਣ ਨੂੰ ਲੈ ਕੇ ਇਹ ਲੋਕ ਵੀ ਚਾਹਵਾਂ ਨੇ ਤਾਂ ਗੱਲ ਹੁਣ ਇਹ ਹੁਣ ਬਾਕ ਸਾਡੇ ਇਸ ਤਰ੍ਹਾਂ ਦੇ ਵੱਡੇ ਵਧੀਆ ਸੋਚ ਸਮਝ ਵਾਲੇ ਜਿਹੜੇ ਅਫਸਰ ਨੇ ਜਾਂ ਆਮ ਮਰਾਜ਼ਮ ਨੇ ਉਹ ਆਖਰਕਾਰ ਪੰਜਾਬ ਚ ਨਹੀਂ ਗੇਰਿਆਣਾ ਚਾਹੁੰਦੇ ਧੰਨਵਾਦ